ਅੰਮ੍ਰਿਤਪਾਲ ਸਿੰਘ ਦਾ ਨਾਂ ਹੈ ਜਿਹੜਾ ਸੰਸਦ ਵਿੱਚ ਗੂੰਜਿਆ। ਉਹਨਾਂ ਨੇ ਸਹੁੰ ਚੁੱਕ ਸਮਾਗਮ ਦੇ ਵਿੱਚ ਪਹੁੰਚਣਾ ਸੀਗਾ ਪਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੋਣ ਕਰਕੇ ਉਹ ਨਹੀਂ ਜਾ ਸਕੇ। ਗ੍ਰਿਫਤਾਰੀ ਵੀ ਰਾਜਨੀਤਿਕ ਤੌਰ 'ਤੇ ਹੀ ਪ੍ਰੇਰਿਤ ਸੀ ਔਰ ਬੇਈਮਾਨੀ ਢੰਗ ਨਾਲ ਕੀਤੀ ਗਈ ਹੈ। ਉਹ ਤਾਂ ਬਹੀਰ ਚਲਾ ਰਹੇ ਸੀ, ਅੰਮ੍ਰਿਤ ਛਕਾ ਰਹੇ ਸੀ, ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰ ਰਹੇ ਸੀ। ਸਵਾਲ ਮੈਂ ਤੁਹਾਡੇ ਤੋਂ ਲਵਾਂਗੀ ਕਿ ਇਸ ਮਾਮਲੇ ਦੇ ਵਿੱਚ ਹੁਣ ਕੋਈ ਭਾਈ ਸਾਹਿਬ ਦੇ ਵੱਲੋਂ ਕੋਈ ਪਟੀਸ਼ਨ ਦਾਇਰ ਕੀਤੀ ਜਾਏਗੀ ਜਾਂ ਤੁਹਾਡੇ ਵੱਲੋਂ ਕੋਈ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ? ਪੰਜਾਬ ਦੇ ਖਡੂਰ ਸਾਹਿਬ ਤੋਂ MP ਬਣੇ ਅਤੇ NSA ਦੇ ਦੋਸ਼ ਹੇਠ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵੱਲੋਂ ਅੱਜ ਸਹੁੰ ਚੁੱਕੀ ਜਾਣੀ ਸੀ ਪਰ ਉਹ ਨਹੀਂ ਪਹੁੰਚ ਸਕੇ ਸੰਸਦ ਦੇ ਵਿੱਚ। ਕੀ ਕਾਰਨ ਰਹੇ ਅਤੇ ਅੱਗੇ ਕੀ ਸਮੀਕਰਨ ਬਣ ਸਕਦੇ ਨੇ? ਗੱਲਬਾਤ ਕਰਾਂਗੇ ਸਾਡੇ ਨਾਲ ਸਾਬਕਾ MP ਅਤੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ। ਖਾਲਸਾ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਅੱਜ ਅੰਮ੍ਰਿਤਪਾਲ ਸਿੰਘ ਦਾ ਨਾਂ ਹੈ ਜਿਹੜਾ ਸੰਸਦ ਵਿੱਚ ਗੂੰਜਿਆ, ਉਹਨਾਂ ਨੇ ਸਹੁੰ ਚੁੱਕ ਸਮਾਗਮ ਦੇ ਵਿੱਚ ਪਹੁੰਚਣਾ ਸੀਗਾ ਪਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੋਣ ਕਰਕੇ ਉਹ ਨਹੀਂ ਜਾ ਸਕੇ। ਹਾਂ ਬਿਲਕੁਲ ਜੀ, ਉਹਨਾਂ ਦਾ ਦੇਖੋ ਜਦੋਂ ਸੰਸਦ ਦੇ ਵਿੱਚ ਜਾਂ ਤਾਂ ਕੋਈ ਸਪੀਕਰ ਵੱਲੋਂ ਆਰਡਰ ਗਿਆ ਹੁੰਦਾ ਕਿ ਤੁਸੀਂ ਇਹਨਾਂ ਨੂੰ ਇੱਥੇ ਪੇਸ਼ ਕਰੋ, ਇੱਥੇ ਲਿਆਓ, ਫਿਰ ਤਾਂ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਬਾਹਰ ਲਿਆਂਦਾ ਜਾ ਸਕਦਾ ਸੀ ਜਾਂ ਉਹਨਾਂ ਨੂੰ ਕੋਈ ਪੈਰੋਲ ਦਿੱਤੀ ਜਾਂਦੀ, ਉਹ ਕੁਝ ਦਿੱਤਾ ਨਹੀਂ ਗਿਆ। ਅਤੇ ਉਹ ਹੁਣ ਕਿਉਂਕਿ ਉਹ ਪਹੁੰਚ ਨਹੀਂ ਸਕੇ, ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਨੇ, ਅਤੇ ਹੁਣ ਜਿਹੜੇ ਰੈਗੂਲਰ ਸਪੀਕਰ ਕੱਲ੍ਹ ਨੂੰ 26 ਜੂਨ ਨੂੰ ਇਲੈਕਟ ਹੋਣੇ ਨੇ ਲੋਕ ਸਭਾ ਦੇ, ਉਹਨਾਂ ਨੇ 60 ਦਿਨਾਂ ਦੇ ਅੰਦਰ ਅੰਦਰ ਭਾਈ ਸਾਹਿਬ ਨੂੰ ਸਹੁੰ ਚਟਾਉਣੀ ਹੈ, ਭਾਈ ਅੰਮ੍ਰਿਤਪਾਲ ਸਿੰਘ ਨੂੰ। ਅਤੇ 60 ਦਿਨਾਂ ਦੇ ਅੰਦਰ ਅੰਦਰ ਉਹ ਹੁਕਮ ਜਿਹੜਾ ਜਾਰੀ ਕਰਨਗੇ ਅਸਾਮ ਦੇ ਚੀਫ ਸੈਕਟਰੀ ਨੂੰ, ਅਤੇ ਉਹ ਜੇਲ੍ਹ ਦੇ ਵਿੱਚ ਜਾਊਗਾ ਅਤੇ ਉਹਨਾਂ ਨੂੰ ਲਿਆ ਕੇ ਜਿਹੜੀ ਆ ਉਹ ਸਹੁੰ ਚਟਾਈ ਜਾਊਗੀ। ਅਤੇ ਇਸ ਕੇਸ ਦੇ ਵਿੱਚ ਅੱਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਜੋ ਇਹ 60 ਦਿਨਾਂ ਦਾ ਸਮਾਂ ਤੁਸੀਂ ਵੀ ਦੱਸ ਰਹੇ ਹੋ, ਕਿ ਇਹ 60 ਦਿਨ ਲਗਾਤਾਰ ਜਿਹੜੇ ਆ 2 ਮਹੀਨੇ ਹੁਣ ਆਉਣਗੇ ਇਹਨਾਂ ਦੇ ਵਿੱਚ ਰਹੇਗਾ ਜਾਂ ਫਿਰ ਜਦੋਂ ਜਦੋਂ ਸੰਸਦ ਲੱਗੇਗੀ? ਦੇਖੋ ਸੰਸਦ ਦੇ ਲੱਗਣ ਨਾਲ ਉਹਦਾ ਕੋਈ ਸੰਬੰਧ ਨਹੀਂ ਹੁੰਦਾ, ਉਹ ਤਾਂ ਜਿੱਦੇ ਉਹਨਾਂ ਦਾ ਨੌਂ MP ਦਾ ਜਿਹੜਾ ਨੋਟੀਫਾਈ ਹੋ ਗਿਆ ਐਜ਼ MP, ਉਸ ਤੋਂ 60 ਦਿਨਾਂ ਦੇ ਅੰਦਰ ਹੈ ਕਿਉਂਕਿ ਸਹੁੰ ਚੁੱਕ ਸਮਾਗਮ ਹੋਇਆ ਅਤੇ ਇਸ ਲਈ ਨੌਂ ਜਿਹੜਾ ਹੈ ਉਹ ਨੋਟੀਫਾਈ ਹੋ ਗਿਆ, ਉਹਨਾਂ ਨੂੰ ਇਤਲਾਹ ਮਿਲੀ ਹੈ। ਤੋ ਇਸ ਤੋਂ 60 ਦਿਨਾਂ ਦੇ ਅੰਦਰ ਅੰਦਰ ਭਾਵੇਂ ਛੁੱਟੀ ਵਾਲਾ ਦਿਨ ਹੋਵੇ, ਸਹੁੰ ਤਾਂ ਛੁੱਟੀ ਵਾਲੇ ਦਿਨ ਵੀ ਚੁਕਾਈ ਜਾ ਸਕਦੀ ਹੈ। ਲੋਕ ਸਭਾ ਦਾ ਸੈਸ਼ਨ ਹੋਣਾ ਜ਼ਰੂਰੀ ਨਹੀਂ ਹੈ, ਅਤੇ ਜੇ ਸੈਸ਼ਨ ਹੁੰਦਾ ਵੀ ਹੋਵੇ ਤਾਂ ਵੀ ਜ਼ਰੂਰੀ ਨਹੀਂ ਹੈ ਕਿ ਸਪੀਕਰ ਜਿਹੜੀ ਹੈ ਉਹ ਲੋਕ ਸਭਾ ਦੇ ਜਿਹੜਾ ਉੱਥੇ ਜਿੱਥੇ ਸੈਸ਼ਨ ਹੁੰਦਾ ਉੱਥੇ ਸਹੁੰ ਚੁਕਾਊਗਾ। ਉਹ ਜਿਹੜਾ ਹੈ ਆਪਣੇ ਪ੍ਰਾਈਵੇਟ ਚੈਂਬਰ ਦੇ ਵਿੱਚ ਵੀ ਸਹੁੰ ਚੁਕਾ ਸਕਦੇ ਨੇ। ਅਤੇ ਉਹ ਭਾਈ ਜਿਸ ਤਰ੍ਹਾਂ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਪਿਛਲੇ ਵਾਰੀ ਇਲੈਕਟ ਹੋਏ ਸੀ ਤਾਂ ਉਸ ਸਮੇਂ ਸਪੀਕਰ ਨੇ ਆਪਣੇ ਚੈਂਬਰ ਦੇ ਵਿੱਚ ਸਹੁੰ ਚੁਕਾਈ ਸੀ, ਇਹ ਕਹਿ ਕੇ ਕਿ ਇਹਨਾਂ 'ਤੇ ਕੁਛ ਮੈਂਬਰਾਂ ਨੇ ਇਤਰਾਜ਼ ਕੀਤਾ ਕਿ ਇਹਨਾਂ ਨੂੰ ਪੂਰੀ ਲੋਕ ਸਭਾ ਦੇ ਵਿੱਚ ਸਹੁੰ ਨਾ ਚੁਕਾਈ ਜਾਵੇ। ਸੋ ਸਹੁੰ ਚੁਕਾਉਣ ਦਾ 60 ਦਿਨ ਉੱਥੋਂ ਨਹੀਂ ਹੁੰਦੇ ਜੇ ਲੋਕ ਸਭਾ ਦਾ ਸੈਸ਼ਨ ਹੁੰਦਾ ਹੋਵੇ ਜਾਂ ਨਾ ਹੁੰਦਾ ਹੋਵੇ, ਉਹ ਕਿਸੇ ਤਰੀਕੇ ਨਾਲ ਰੈਲੀਵੈਂਸੀ ਨਹੀਂ ਹੈ ਉਸ ਦੀ। ਉਹਨਾਂ ਨੇ 60 ਦਿਨਾਂ ਦੇ ਅੰਦਰ ਅੰਦਰ ਸਹੁੰ ਚੁਕਾਉਣੀ ਹੈ, ਅਤੇ ਉਹ ਭਾਵੇਂ ਛੁੱਟੀ ਵਾਲੇ ਦਿਨ ਚੁਕਾ ਦੇਣ, ਭਾਵੇਂ ਆਪਦੇ ਚੈਂਬਰ 'ਚ ਚੁਕਾ ਦੇਣ, ਭਾਵੇਂ ਉਹ ਲੋਕ ਸਭਾ ਦੀ ਹਾਜ਼ਰੀ ਦੇ ਵਿੱਚ ਚੁਕਾ ਦੇਣ। ਇਹ ਜਿਹੜੇ ਸਪੀਕਰ ਸਾਹਿਬ ਚੁਣੇ ਜਾਣਗੇ ਉਹਨਾਂ ਦਾ ਡਿਸਕ੍ਰਿਪਸ਼ਨ ਹੋਊਗਾ। ਦੇਖਿਆ ਗਿਆ ਕਿ ਸੰਸਦ ਦੇ ਵਿੱਚ ਉਹਨਾਂ ਦਾ ਨਾਮ ਵੀ ਗੂੰਜਿਆ ਭਾਈ ਸਾਹਿਬ ਦਾ, ਪਰ ਉਹ ਉੱਥੇ ਮੌਜੂਦ ਨਹੀਂ ਸਨ। ਕਿ ਉਹਨਾਂ ਨਾਲ ਕੋਈ ਰਾਬਤਾ ਹੋ ਸਕਿਆ? ਉਹ ਕਦੋਂ ਚਾਹੁੰਦੇ ਨੇ ਸਹੁੰ ਚੁੱਕਣਾ ਜਾਂ ਉਹਨਾਂ ਤੱਕ ਇਸ ਤਰ੍ਹਾਂ ਪਹੁੰਚ ਕੀਤੀ ਜਾਏਗੀ? ਨਹੀਂ ਜੀ, ਸਹੁੰ ਤਾਂ ਉਹ ਤਾਂ ਇੱਕ ਉਹਨਾਂ ਦੇ ਹੱਥ ਨਾਲ ਲਿਖੀ ਹੋਈ ਜਿਹੜੀ ਹੈਗੀ ਹੈ, ਲੈਟਰ ਦਿੱਤਾ ਹੀ ਹੋਇਆ DC 9 ਤਰੀਕ ਨੂੰ ਦਿੱਤਾ ਸੀ, 9 ਜੂਨ ਨੂੰ DC ਅੰਮ੍ਰਿਤਸਰ ਨੂੰ, ਅਤੇ DC ਅੰਮ੍ਰਿਤਸਰ ਨੇ ਕਿਹਾ ਕਿ ਮੈਂ ਇਹ ਹੋਮ ਡਿਪਾਰਟਮੈਂਟ ਨੂੰ ਭੇਜਤਾ, ਅਤੇ ਹੋਮ ਸੈਕਟਰੀ ਨੇ ਅਜੇ ਫੈਸਲਾ ਕਰਨਾ। ਹੋਮ ਸੈਕਟਰੀ ਵੱਲੋਂ ਅਜੇ ਕੋਈ ਫੈਸਲਾ ਨਹੀਂ ਹੋਇਆ, ਅਤੇ ਉਹ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਤਾਂ ਉਹ ਦਿੱਤੀ ਹੋਈ ਹੈ, ਜਿਹੜਾ ਉਹਨਾਂ ਨੇ ਆਪਦੀ ਚੰਨੀ ਉਹ ਕਾਨੂੰਨੀ ਚਾਰਾ ਕੋਈ ਕਰ ਸਕਦੇ ਸੀ ਉਹ ਕੀਤੀ ਹੋਈ ਹੈ, ਉਹ ਆਲਰੇਡੀ ਕੀਤੀ ਹੋਈ ਹੈ 9 ਤਰੀਕ ਦੀ। ਅਤੇ ਹੋਮ ਡਿਪਾਰਟਮੈਂਟ ਨੇ ਵੀ ਅਜੇ ਭੇਜਣਾ ਹੁੰਦਾ, ਉਹ ਲਾਜ਼ਮੀ ਭੇਜਿਆ ਹੋਊਗਾ।
ਸੋ ਕਾਰਵਾਈ ਤਾਂ ਜਿਹੜੀ ਹੈ ਉਹ ਹੋ ਰਹੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਸਮਾਂ ਹੈ ਜ਼ਿਆਦਾ ਵਿੱਚ ਇਹਦੇ 'ਚ ਲਿਆ ਜਾ ਰਿਹਾ, ਕਿਉਂਕਿ ਇਹ ਕਾਨੂੰਨੀ ਕਾਰਵਾਈ ਹੈ ਅਤੇ ਉਹਨਾਂ ਨੂੰ ਲੋਕਾਂ ਨੇ ਚੁਣਿਆ ਅਤੇ ਇੱਕ ਤਰ੍ਹਾਂ ਤਾਂ ਉਹ ਲੋਕਾਂ ਦੇ ਹੁਣ ਨੁਮਾਇੰਦੇ ਹੋ ਗਏ ਨੇ, ਅਤੇ ਜਿਸ ਤਰ੍ਹਾਂ ਇਸ ਦੇ ਵਿੱਚ ਦੇਰ ਕੀਤੀ ਜਾ ਰਹੀ ਹੈ, ਕਿਤੇ ਨਾ ਕਿਤੇ ਕੋਈ ਸਿਆਸਤ ਨਾਲ ਪ੍ਰੇਰਿਤ ਹੈ? ਨਹੀਂ ਜੀ, ਸਿਆਸਤ ਨਾਲ ਤਾਂ ਉਹਨਾਂ ਦੀ ਗ੍ਰਿਫਤਾਰੀ ਵੀ ਪ੍ਰੇਰਿਤ ਹੈ, ਗ੍ਰਿਫਤਾਰੀ ਵੀ ਰਾਜਨੀਤਿਕ ਤੌਰ 'ਤੇ ਹੀ ਪ੍ਰੇਰਿਤ ਸੀ ਔਰ ਬੇਈਮਾਨੀ ਢੰਗ ਨਾਲ ਕੀਤੀ ਗਈ ਹੈ। ਉਹ ਤਾਂ ਬਹੀਰ ਚਲਾ ਰਹੇ ਸੀ, ਅੰਮ੍ਰਿਤ ਛਕਾ ਰਹੇ ਸੀ, ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰ ਰਹੇ ਸੀ, ਪਰੰਤੂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਕਿਉਂਕਿ ਪੰਜਾਬ ਸਰਕਾਰ ਜਿਹੜੀ ਆ ਉਹ ਨਸ਼ਿਆਂ ਨੂੰ ਵਧਾਉਣਾ ਚਾਹੁੰਦੀ ਸੀ। ਸੋ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਰਾਜਨੀਤੀ ਤੋਂ ਪਹਿਲਾਂ ਹੀ ਪ੍ਰੇਰਿਤ ਹੈ, ਅਤੇ ਹੁਣ ਇਹ ਡਿਲੇ ਕਰਨ ਦਾ, ਲੰਬਾ ਪਾਉਣ ਦਾ, ਇਹ ਵੀ ਪ੍ਰੇਰਿਤ ਹੈ। NSA ਜਿਹੜਾ ਵਧਾਤਾ ਇਹ ਵੀ ਰਾਜਨੀਤੀ ਤੋਂ ਪ੍ਰੇਰਿਤ ਹੈ। ਇਹ ਤਾਂ ਉਹਨਾਂ ਦੀ ਮਦਭਾਵਨਾ ਅਤੇ ਬੇਈਮਾਨੀ ਦੀ ਨੀਤੀ ਹੈ ਜਿਹਦੇ ਨਾਲ ਵਧਾਈ ਜਾ ਰਹੀ ਹੈ, ਡਿਲੇ ਕੀਤੀ ਜਾ ਰਹੀ ਹੈ, ਦੇਰ ਕੀਤੀ ਜਾ ਰਹੀ ਹੈ। ਹਾਲਾਂਕਿ ਜਨਤਾ ਨੇ ਇੱਕ ਵੱਡਾ ਫਤਵਾ ਦਿੱਤਾ, ਜਨ ਆਦੇਸ਼ ਦਿੱਤਾ, ਉਹ ਇਹਨਾਂ ਦੇ ਖਿਲਾਫ ਦਿੱਤਾ, ਪੰਜਾਬ ਸਰਕਾਰ ਦੇ ਵੀ ਅਤੇ ਸੈਂਟਰ ਦੀ ਸਰਕਾਰ ਦੇ ਵੀ, ਅਤੇ ਉਸ ਦੇ ਵਿੱਚ ਜਿਹੜਾ ਜਨ ਆਦੇਸ਼ ਨੂੰ ਨਹੀਂ ਮੰਨਦਾ ਉਹ ਤਾਂ ਬੜਾ ਵੱਡਾ ਨਿਰਾਦਰ ਕਰਦਾ, ਇੱਥੇ ਡੈਮੋਕ੍ਰੇਸੀ ਦਾ ਕਤਲ ਕਰਦਾ, ਕਿਉਂਕਿ ਉਸ ਨੂੰ ਮੰਨਦਾ ਨਹੀਂ ਹੈ ਫਤਵੇ ਨੂੰ। ਸੋ ਇਹ ਫਤਵਾ ਤਾਂ ਹਰ ਹਾਲਤ 'ਚ ਇਹਨਾਂ ਨੂੰ ਮੰਨਣਾ ਚਾਹੀਦਾ ਅਤੇ ਦੇਰ ਸਵੇਰੇ ਇਹਨਾਂ ਨੂੰ ਮੰਨਣਾ ਹੀ ਪਵੇਗਾ, ਕਿਉਂਕਿ ਲੋਕਾਂ ਦੇ ਫਤਵੇ ਦੀ ਅਥਾਹ ਤਾਕਤ ਹੁੰਦੀ ਹੈ, ਸੁਪਰੀਮ ਕੋਰਟ ਦੇ ਫੈਸਲੇ ਤੋਂ ਵੀ ਉੱਤੇ ਹੁੰਦੀ ਹੈ। ਸਵਾਲ ਮੈਂ ਤੁਹਾਡੇ ਤੋਂ ਲਵਾਂਗੀ ਕਿ ਇਸ ਮਾਮਲੇ ਦੇ ਵਿੱਚ ਹੁਣ ਕੋਈ ਭਾਈ ਸਾਹਿਬ ਦੇ ਵੱਲੋਂ ਕੋਈ ਪਟੀਸ਼ਨ ਦਾਇਰ ਕੀਤੀ ਜਾਏਗੀ ਜਾਂ ਤੁਹਾਡੇ ਵੱਲੋਂ ਕੋਈ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ? ਹਾਂਜੀ ਹਾਂ, ਉਹ ਦੇਖ ਕੇ ਜਿਹੜੇ ਸਪੀਕਰ ਇਲੈਕਟ ਹੁੰਦੇ ਨੇ ਉਹ ਕੀ ਕਾਰਵਾਈ ਕਰਦੇ ਨੇ ਉਸ ਨੂੰ ਮੱਦੇਨਜ਼ਰ ਰੱਖ ਕੇ ਜਿਹੜੀ ਅਗਲੀ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਹਰ ਹਾਲਤ ਵਿੱਚ ਕੀਤੀ ਜਾਊਗੀ। ਸਾਡੇ ਨਾਲ ਰਾਜਦੇਵ ਸਿੰਘ ਮਾਨ ਜੋ ਕਿ ਸਾਬਕਾ MP ਵੀ ਨੇ ਪੰਜਾਬ 'ਚੋਂ, ਅਤੇ ਨਾਲ ਹੀ ਨਾਲ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਨਾਲ ਵਕੀਲ ਵੀ ਨੇ, ਅਤੇ ਇਹਨਾਂ ਦੇ ਵੱਲੋਂ ਸਾਫ਼ ਤੌਰ 'ਤੇ ਦੱਸਿਆ ਗਿਆ ਹੈ ਕਿ ਭਾਈ ਸਾਹਿਬ ਅੰਮ੍ਰਿਤਪਾਲ ਦੇ ਵੱਲੋਂ ਜਿਹੜਾ ਡਿਬਰੂਗੜ੍ਹ ਦੇ ਵਿੱਚੋਂ ਪਹਿਲਾਂ ਹੀ ਚਿੱਠੀ ਲਿਖ ਕੇ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਸੀ ਅਤੇ ਉਹ ਹੋਮ ਸੈਕਟਰੀ ਦੇ ਕੋਲ ਪਈ ਹੈ, ਅਤੇ ਜਲਦ ਉਸ ਦੇ ਵਿੱਚ ਕਾਰਵਾਈ ਕੀਤੀ ਜਾਏਗੀ, ਜੇ ਨਹੀਂ ਕੀਤੀ ਜਾਂਦੀ ਤਾਂ ਅਗਲੇਰੀ ਕਾਰਵਾਈ ਜ਼ਰੂਰ ਆਰੰਭੀ ਜਾਏਗੀ। ਵੀਡੀਓ ਜਰਨਲਿਸਟ ਸ਼ਿਵਮ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਚੰਡੀਗੜ੍ਹ ਤੋਂ ਹਰਸਿਮਰਤ।